ਤੁਸੀਂ ਨਾ ਕਿਉਂ ਨਹੀਂ ਵਿਕਿੰਦੇ ਮੈਂ ਸ਼ੁਰੂ ਤੋਂ ਖਿਲਾਫ ਨਾ ਕਿਉਂ ਨਹੀਂ ਵਿਕਿੰਦੇ ਕੋਈ ਇਤਾਰ ਸਰਦਾਰ ਤਾਂ ਡੀਜੀ ਖਾਨ ਡੂਈ ਹਨ ਸਰ ਇਮਰਾਨ ਖਾਨ ਵੱਡੇ ਵੱਡੇ ਮਾਫੀਆ ਨਾਲ ਟੱਕਰ ਦਿੱਤੀ ਖੜੇ ਤੁਸੀਂ ਉਹਨੇ ਇਮਰਾਨ ਖਾਨ ਦੇ ਨਜ਼ਰੀਏ ਦੇ ਨਾਲ ਹੀ ਵੇ ਤੁਸੀਂ ਇੱਕ ਸਰਦਾਰ ਦਾ ਨਾਂ ਨਹੀਂ ਵਿਕਿੰਦੇ ਤਾਂ ਉਹ ਮੁਕਾਬਲੇ ਕਿਵੇਂ ਕਰੇ ਦੇਖੋ ਨਾ ਖਾਨ ਦਾ ਨਜ਼ਰੀਏ ਕੋ ਨਾ ਵਿਚੇ ਸਾਂ ਨਾ ਵਿਕਣ ਦੇ ਸਾਂ ਅਗਰ ਕਿਤੇ ਵਿਕਦਾ ਪਿਆ ਸੀ ਤਾਂ ਓਪਨ ਵੀ ਜ਼ਰੂਰ ਕਰੇ ਸਾਂ ਪਹਿਲੇ ਓਪਨ ਕੈਨਵੇ ਕੀਤਾ ਮੈਂ ਬਗਾਵਤ ਕਰੇ ਸਾਂ ਮੈਂ ਸੁਣੋ ਮੈਂ ਬਗਾਵਤ ਕਰੇ ਸਾਂ ਮੈਂ ਇਲੈਕਸ਼ਨ ਲੜ ਸਾਂ ਮੈਂ ਨਾ ਜਿੱਤ ਸਾਂ ਤੇ ਤੋਕੂ ਨੁਕਸਾਨ ਪਹੁੰਚੇ ਸਾਂ ਮੈਂ ਨੁਕਸਾਨ ਦੀ ਗੱਲ ਨਹੀਂ ਕੀਤੀ ਨਹੀਂ ਸਰ ਤੋਕੂ ਵੀ ਤੁਸੀਂ ਇਹ ਕੀ ਸੁਣੋ ਗੱਲ ਸਮਝੋ ਨਾ ਤੁਹਾਡੇ ਮਕਾਮੀ ਕੀ ਆਦਤ ਆਈ ਉਹਨਾਂ ਨੇ ਅੱਗੋਂ ਕਈ ਬੇਗੁਦੇ ਦਿੱਤੀ ਕਿ ਇਹ ਚੀਜ਼ ਦੇ ਇਮਰਾਨ ਖਾਨ ਨੂੰ ਖਬਰ ਹੈ ਕਿ ਤੁਸੀਂ ਜੇਲ੍ਹ ਚ ਹੋ ਤੁਹਾਡੇ ਮੁਕਦਮੇ ਚੱਲਦੇ ਪੈਣ ਔਰ ਟਿਕਟ ਗਲਤ ਬੰਦੇ ਕਨੇ ਚੱਲੇ ਟਿਕਟ ਆਪਣੇ ਜ਼ੋਰ ਤੇ ਗਿਨਸੋ ਆਪਣੇ ਤਾਲੁਕ ਨਾਲ ਗਿਨਸੋ ਆਪਣੇ ਜਾਂ ਕਿਸੇ ਸਿਫਾਰਿਸ਼ ਨਾਲ ਕਿ ਮੈਂ ਉਹਦਾ ਪਗੜੀ ਮੈਂ ਅਗਰ ਅਸੈਂਬਲੀ ਚ ਹੋ ਸਾਂ ਤਾਂ ਵੈਦ ਸ਼ਖਸ ਹੋ ਸਾਂ ਚਲਾ ਤੇਰੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੈ ਨਾ ਸਰ ਛੋਟੀ ਬਾਲਾ ਦੇਖ ਨਾ ਉਹ ਹੈ ਪਤਾ ਕੀ ਮੈਂ ਤੇ 4 ਵਿਗੇ ਜ਼ਮੀਨ ਦੇ ਵੇਚ ਕੇ ਆਪਣੀ ਪ੍ਰਾਡੋ ਕੀ ਦੇਖਣਾ ਮੈਂ ਕੋ ਕਰਪਸ਼ਨ ਕਰਕੇ ਗਿਰਾਉਣੇ ਕੀ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਡਿਜੀਟਲ ਮੈਗਜ਼ੀਨ ਦੇ ਨਾਲ ਮੈਂ ਆਦਨਾਨ ਅੰਜੁਮ ਨਾਜ਼ਰੀਨ ਅੱਜ ਮੈਂ ਛੋਟੀ ਜ਼ਰੀਨ ਚ ਮੌਜੂਦ ਹਾਂ ਔਰ ਖਾਨ ਸਾਹਿਬ ਦਾ ਪਗੜੀ ਮੈਨ ਮੇਰੇ ਨਾਲ ਮੌਜੂਦ ਹਨ ਤਾਰਫ ਮੈਂ ਜਿਹੜਾ ਨਾ ਇਹਨਾਂ ਨੇ ਖੁਦ ਕਰਵੇ ਸਾਂ ਤੁਸਾਂ ਹੈਰਾਨ ਥੀਸੋ ਕਿ 2010 ਨੇ 2023 ਦੇ ਦਰਮਿਆਨ ਇਹਨਾਂ ਨਾਲ ਕਿਆ ਬੀਤੀ ਹੈ ਔਰ ਇਹ ਜੀ ਅਚਾਨਕ ਨਮੂਦਾਰ ਥੈਨ ਕਿਆ ਇਮਰਾਨ ਖਾਨ ਦਾ ਪੈਗਾਮ ਹੈ ਕਿਆ ਗਾਲ ਹੈ ਗਾਲ ਕਰਦੇ ਹੈ ਸਰ ਨਾਲ ਰਹੋ ਅਸਲਾਮ ਅਲੈਕੁਮ ਵਾਲਕੁਮ ਸਲਾਮ ਮਲਿਕ ਮੁਹੰਮਦ ਰਮਜ਼ਾਨ ਜੜ ਇਮਰਾਨ ਖਾਨ ਦਾ ਪਗੜੀ ਮੈਨ ਸਹੀ ਆਦਾ ਪਿਆ ਸਰ ਮੈਂ ਬਿਲਕੁਲ ਕਿਆ ਕਿਆ ਰਾਜ਼ ਹੈ ਸਰ ਇਮਰਾਨ ਖਾਨ ਦਾ ਪਗੜੀ ਮੈਂ ਇਹ ਮੈਂ ਸਮਝਦਾ ਉਹਦੀ ਪਾਰਟੀ ਦੇ ਵਿੱਚ ਸ਼ਾਇਦ ਪਗੜੀ ਵਾਲਾ ਉਹ ਪਹਿਲਾ ਮੈਂ ਸ਼ਖਸ ਹਾਂ ਜਿਹੜਾ 2010 ਦੇ ਵਿੱਚ ਖਾਨ ਨੂੰ ਸੱਜਿਆ ਅਤੇ 2000 ਦੇ ਵਿੱਚ ਮੈਂ ਵਾਪਸ ਆਇਆ ਮੈਂ ਸਾਊਦੀ ਅਰਬ ਤੋਂ ਖਾਨ ਸਾਹਿਬ ਦੀ ਗਾਏ ਬਗਾਏ ਟੈਲੀਵਿਜ਼ਨ ਦੇ ਉੱਤੇ ਉਹ ਜਿਹੜਾ ਖਿਤਾਬ ਹੁੰਦਾ ਤਕਰੀਰ ਹੁੰਦੀ ਜਾਂ ਉਹਨਾਂ ਦਾ ਜਿਹੜਾ ਕੋਈ ਬਹਿਸ ਮੁਬਹਿਸਾ ਹੁੰਦਾ ਉਹਦੇ ਦਿਆ ਸੀ ਉਹ ਲੱਗਦਾ ਯਾਰ ਇਹ ਪਬਲਿਕ ਦੀ ਗੱਲ ਕਰਦੇ ਉਹ ਗੱਲ ਕਰਦੇ ਜਿਹੜੇ ਸਾਡੇ ਦਿਲ ਵਾਲੀ ਗੱਲ ਹੈ ਕਿ ਇਹ ਸ਼ਖਸ ਨੂੰ ਮੈਂ ਸਮਝਦਾ ਹਾਂ ਕਿ ਜ਼ਰੂਰ ਸਪੋਰਟ ਕਰਨਾ ਚਾਹੀਦਾ ਹੈ ਔਰ ਸਭ ਤੋਂ ਪਹਿਲੇ ਮੈਂ ਪਹਿਲ ਕੀਤੀ 2010 ਦੇ ਵਿੱਚ ਜਲਸਾ ਰੱਖਿਆ ਜਿਹਦੇ ਵਿੱਚ ਸਾਡੇ ਚੰਦ ਦੋਸਤ ਹਨ ਉਹਨੇ ਪੇਸ਼ ਪਾਇਆ ਮੈਂ ਔਰ ਖਾਨ ਸਾਹਿਬ ਕੋ ਸੱਜਿਆ ਔਰ ਬਿਹਤਰੀਨ ਜਲਸਾ ਥਿਆ ਔਰ ਖਾਨ ਸਾਹਿਬ ਪਗੜੀ ਦੇ ਹਵਾਲੇ ਨਾਲ ਹਮੇਸ਼ਾ ਜਿੱਥਾਂ ਮੈਂ ਕੁਝ ਮਿਲਿਆ ਤੋ ਪਗੜੀ ਬਹਿਨ ਦੇ ਹਵਾਲੇ ਨਾਲ ਇਹੀ ਆਦਮ ਜੀ ਵੀ ਆ ਪਗੜੀ ਬਹਿਨ ਇਹ ਪਾਰਟੀ 'ਚ ਇਹ ਕਹਿਣਾ ਅੱਛਾ 2010 'ਚ ਇਮਰਾਨ ਖਾਨ ਨਾਲ ਕਿਵੇਂ ਮੁਲਾਕਾਤ ਥੀ ਕਿਵੇਂ ਰਾਬਤਾ ਥਿਆ ਇਮਰਾਨ ਖਾਨ ਕੋ ਉਥਾਂ ਦੱਸ ਜਾਵੇ 2010 ਦੇ ਵਿੱਚ ਇਹ ਹੈ ਕਿ ਮੈਂ ਉਹ ਮੇਰੇ ਦੋਸਤਾਂ ਜਿਹੜਾ ਇੱਥੋਂ ਦਾ ਜ਼ਿਲ੍ਹਾ ਹੀ ਸਦਰ ਹੈ ਚੌਧਰੀ ਇਰਫਾਨ ਸਾਹਿਬ ਉਹ ਬੇਸਿਕਲੀ ਤਾਂ ਬੁਰੇ ਵਾਲੇ ਦਾ ਹਾਲ ਕਿ ਤਾਂ ਸੈਟਲ ਡੀ ਜੀ ਖਾਨ 'ਚ ਆ ਉਹ ਸਦਰ ਹੈ ਅਤੇ ਉਹਨੇ ਮੈਂ ਕੁਆਨ ਕੇ ਜਲੇ ਦਾਵਤ ਦਿੱਤੀ ਮੇਰੀ ਆਪਣੀ ਖਾਹਿਸ਼ ਵੀ ਹੈ ਕਿ ਬੰਦਾ ਇੱਕ ਜਿਹੜਾ ਪਬਲਿਕ ਦੀ ਗੱਲ ਕਰਨ ਦੇ ਅਤੇ ਜ਼ਰੂਰਨ ਜ਼ਰੂਰੀ ਹੈ ਕਿ ਇਹਦੇ ਨਾਲ ਜਿਹੜਾ ਨਾ ਸਪੋਰਟ ਕਰਨਾ ਚਾਹੀਦਾ ਹੈ ਕੁਛ ਸਰਨਾ ਚਾਹੀਦਾ ਹੈ ਅਤੇ ਉਹ ਅਸਨਾ ਦੇ ਵਿੱਚ 2010 ਦੇ ਵਿੱਚ ਫਲੱਡ ਆਇਆ ਹੋਇਆ ਸੀ ਉਹ ਫਲੱਡ ਦੇ ਦੌਰਾਨ ਖਾਨ ਸਾਹਿਬ ਮੁਖਤਲਿਫ ਜਹੀਂ 'ਤੇ ਆਏ ਮੁਜ਼ੱਫਰਗੜ੍ਹ ਆਏ ਬਿਨੇ ਜਹੀਂ 'ਤੇ ਆਏ ਔਰ ਡੀ ਜੀ ਖਾਨ ਵੀ ਆਏ ਅਤੇ ਉਹ ਸਾਰੀ ਉਹ ਦਾਵਤ ਕਬੂਲ ਕੀਤੀ ਉਹਨੇ ਜਲਸੇ ਦੀ ਅਤੇ ਅਸਾਂ ਉਹਨਾਂ ਕੋਲ ਰੈਲੀ ਕਰਾਈ ਉਹ ਆਪ ਹੀ ਅੱਜ ਤੱਕ ਉਹ ਯਾਦ ਕਰਦੇ ਹਨ ਜ਼ਮਾਨ ਪਾਰਕ ਬਲ ਗਏ ਇੱਕ ਦਫ਼ਾ 2011 ਦੇ ਵਿੱਚ ਮੀਟਿੰਗ ਆਈ ਉੱਥਾਂ ਸਾਰੇ ਲੋਕ ਇਕੱਠੇ ਹਨ ਅਤੇ ਖਾਨ ਸਾਹਿਬ ਜਲੇ ਆਏ ਅਤੇ ਮੈਂ ਉਵੇਂ ਬੈਠਾ ਮੈਂ ਸੋਫੇ ਸੈੱਟ ਦੇ ਉੱਤੇ ਅਤੇ ਖਾਨ ਸਾਹਿਬ ਆਏ ਤਾਂ ਉਹਨੇ ਮੈਂ ਕੁਛ ਸਰ ਕੇ ਆਪਣੇ ਨਾਲ ਬੁਲਾਇਆ ਔਰ ਨਸ਼ਾ ਬਲਕਿ ਮੂਹਰੇ 'ਤੇ ਥਪਕੀ ਦੇ ਕੇ ਆਖਿਆ ਕਿ ਉਹ ਸ਼ਖਸ ਹੈ ਜਾਂ ਸਭ ਤੋਂ ਪਹਿਲੇ ਮੈਂ ਕੋਲ ਜਲਸਾ ਰਹੀ ਅਤੇ ਔਰ ਰੈਲੀ ਬਿਹਤਰੀਨ ਕਰਾਈਏ ਔਰ ਜਲਸਾ ਕਰਾਇਆ ਮੇਰੀ ਸਭ ਤੋਂ ਪਹਿਲੀ ਉਠਾਣ ਡੀ ਜੀ ਖਾਨ ਤੋਂ ਇਹ ਸਰ ਕਿਹੜੇ ਸਨ ਦੀ ਗੱਲ ਹੈ ਇਹ ਸਨ 2000 ਦੇ ਵਿੱਚ ਜਿਹੜਾ ਨਾ ਸਿਲਾਬ ਆਇਆ ਸੀ ਉਹ ਦੌਰਾਨ ਇਹ ਆਏ ਹਨ ਲੇਕਿਨ 2011 'ਚ ਇਹ ਜਿਹੜੇ ਅਲਫਾਜ਼ ਮੈਂ ਅੱਲਾ ਬੈਠਾ ਇਹ 2011 ਦੇ ਹਨ ਖਾਨ ਸਾਹਿਬ ਦੇ ਅੱਛਾ ਇਤਨਾ ਲੰਬਾ ਗੈਪ 2010 'ਚ ਸਾਕੂ ਵੀ ਥੋੜ੍ਹਾ ਥੋੜ੍ਹਾ ਮੈਂ ਪਰਸਨਲੀ ਮੈਂ ਥੋੜ੍ਹਾ ਥੋੜ੍ਹਾ ਯਾਦ ਹੈ ਕਿ ਮੈਂ ਤੁਹਾਡੀ ਤਸਵੀਰ ਦਿੱਠੀ ਆਈ ਲੇਕਿਨ 2010 ਨੇ 2013 ਦਾ ਇੰਤਖਾਬਾਤ ਹੈ 2018 ਦੇ ਇੰਤਖਾਬ ਤਾਂ ਇਮਰਾਨ ਖਾਨ ਨੂੰ 4 ਚੰਦ ਲੱਗ ਗਏ ਅੱਜ ਇਮਰਾਨ ਖਾਨ ਦਾ ਉਹ ਦੌਰ ਹੈ ਕਿ ਕੋਈ ਲੋਕ ਆਦਨ ਕਿ ਇਮਰਾਨ ਖਾਨ ਅਗਰ ਖੰਬੇ ਕੋ ਟਿਕਟ ਦੇਸੀ ਅਸਾਂ ਵੋਟ ਹੁਕੂ ਦੇਸੂ ਸਰ 2013 ਦੇ ਵਿੱਚ ਉਮਲੇ ਐਨਏ ਦਾ ਹਲਕਾ ਜਿਹੜਾ ਹੈ ਉਹਦਾ ਸਮਝੋ ਨੰਬਰ 173 ਹੈ ਉਹ ਐਨਏ ਦਾ ਟਿਕਟ ਕਿਉਂਕਿ ਜਿਹੜੇ ਡਿੱਠਾ ਸਰਦਾਰਾਂ ਕੋ ਇਹਨਾਂ ਕੋਲ ਪਹਿਲਾਂ ਤਾਂ ਪਹਿਲੇ ਲੱਗ ਪੈਂਦੇ ਵੀ ਟਿਕਟ ਕਹਿ ਕੋ ਮਿਲਣ ਵਾਲੀ ਹੈ ਉਹ ਜਿਹੜੇ ਇਹਨਾਂ ਕੋਲ ਅੰਦਾਜ਼ਾ ਠੀਕ ਆ ਕਿ ਟਿਕਟ ਇਮਰਾਨ ਖਾਨ ਰਮਜ਼ਾਨ ਕੋ ਦਿੰਦਾ ਪਏ ਰਮਜ਼ਾਨ ਪਬਲਿਕ ਦਾ ਬੰਦਾ ਹੈ ਕਹਿ ਕੋ ਪਤਾ ਲੱਗ ਗਿਆ ਜਿਹੜੇ ਮਕਾਮੀ ਉਮਲੇ ਦੇ ਉਹ ਸਰਦਾਰ ਹਨ ਦੋਵੇਂ ਫਰੀਕ ਉਬਲ ਮੈਂ ਜਿਹੜੇ ਹੀ ਹਨ ਤਾਂ ਆਪਕੋ ਪਤਾ ਹੈ ਮਸਜਿਦ ਨਾ ਗਿਨਣ ਬਿਹਤਰ ਨਹੀਂ ਹੁੰਦਾ ਅਤੇ ਉਹਨੇ ਡਿੱਠਾ ਜੀ ਵੀ ਹੁਣ ਇਹ ਕੋ ਕਿਵੇਂ ਫਸਾਇਆ ਵਜੇ ਉਹਨੇ ਇੱਕ ਆਪਣੇ ਪੁਲਿਸ ਦੇ ਜ਼ਰੀਏ ਪਲਾਨ ਬਣਾਇਆ ਜਿਹੜਾ 2013 ਦੇ ਵਿੱਚ ਟਿਕਟ ਵੀ ਮੈਂ ਰਹਾ ਸਰ ਪਹਿਲੀ ਗੱਲ ਮੈਂ ਤਾਂ ਇੱਥੇ ਟੁਕੇਂਦਾ ਪਿਆ ਸਰਦਾਰੀ ਨਿਜ਼ਾਮ ਕਰੇ ਲੋਕ ਬਗਾ ਥੀ ਗਏ ਤੁਸਾਂ ਵੀ ਮੇਰੇ ਖਿਆਲ 'ਤੇ ਜਿਹੜਾ ਨਾ ਇਹ ਨਿਜ਼ਾਮ ਦੇ ਖਿਲਾਫ ਹੋ
ਹਿਵੇ ਆ ਕਹਿਣਾ ਸਰਦਾਰੀ ਨਿਜ਼ਾਮ ਦੇ ਤੁਸੀਂ ਨਾ ਕਿਉਂ ਨਹੀਂ ਵੇਖਿੰਦੇ ਮੈਂ ਸ਼ੁਰੂ ਤੋਂ ਖਿਲਾਫ ਨਾ ਕਿਉਂ ਨਹੀਂ ਵੇਖਿੰਦੇ ਕਿਉਂਕਿ ਇਤਾ ਸਰਦਾਰ ਤਾਂ ਡਿਜੀ ਖਾਨ ਡੂ ਵਿੱਚ ਡੂ ਹੀ ਹਨ ਸਰ ਇਮਰਾਨ ਖਾਨ ਵੱਡੇ ਵੱਡੇ ਮਾਫੀਆ ਨਾਲ ਟੱਕਰ ਦਿੱਤੀ ਖੜੇ ਤੁਸੀਂ ਉਹਨੇ ਇਮਰਾਨ ਖਾਨ ਦੇ ਨਜ਼ਰੀਏ ਦੇ ਨਾਲ ਹੀ ਵੇ ਤੁਸੀਂ ਇੱਕ ਸਰਦਾਰ ਦਾ ਨਾਂ ਨਹੀਂ ਵੇਖਿੰਦੇ ਤਾਂ ਉਹ ਮੁਕਾਬਲੇ ਕਿਵੇਂ ਕਰੇ ਦੇਖੋ ਨਾ ਨਾ ਗਿਣਨ ਮੈਂ ਸਮਝਦਾ ਉਹਨਾਂ ਦੀ ਸ਼ੋਹਰਤ ਨਹੀਂ ਕਰਨ ਚਾਹੁੰਦਾ ਮੈਂ ਇਹ ਵਜ੍ਹਾ ਵਾਸਤੇ ਮੈਂ ਉਹਨਾਂ ਦਾ ਨਾਂ ਨਹੀਂ ਗਿਣਦਾ ਇਤਨੇ ਅਰਸਾ ਤੁਸੀਂ ਕਿੱਥੇ ਗੁੰਮ ਰਹਿ ਗਿਆ ਵੇ ਦੇਖੋ ਜੀ 2013 ਦੇ ਵਿੱਚ ਤੁਹਾਨੂੰ ਪਤਾ ਹੈ ਕਿ ਰਾਤ ਜਿਹਨੂੰ ਕੋਈ ਪਤਾ ਲੱਗਾ ਟਿਕਟ ਮਿਲਦੀ ਵੀ ਹੈ ਕਿ ਰਾਤ ਡਾ ਤਕਰੀਬਨ ਡਾ FIR ਥਿਆ ਔਰ ਮੁਖਤਲਫ ਥਾਣੇ ਦਾ ਥਿਆ ਠੀਕ ਹੈ ਜਿਹਦੇ ਉਹ ਦੋਸਤ ਮੇਰੇ ਇੱਕ ਈਮੇਲ ਮੌਜੂਦ ਬੈਠਣ ਲੱਗਣ ਮੈਂ ਉਹਨਾਂ ਦਾ ਨਾਂ ਹੀ ਨਾ ਗਿਣ ਸਾਂ ਜੋ ਮਾਕ ਪੈਂਦੇ ਹਨ ਉਹ ਮੈਂ ਕੁਝ ਜਿਵੇਂ ਜੇਲ੍ਹ ਵਿੱਚੋਂ ਉਹਨਾਂ ਦੇ ਅੰਦਰ ਰਹਿ ਗਏ ਪੇਸ਼ਾ ਮੁਕਤੇ ਅੰਦਰ ਰਹਿ ਗਏ ਉਹ ਮੇਰੇ ਸਾਰੇ ਹਿਸਟਰੀ ਸਾਰੇ ਅਹਿਵਾਲ ਜਾਣਦੇ ਹਨ ਲੇਕਿਨ ਇਹ ਆ ਕਿ ਉਮਲੇ ਜਿਹੜਾ ਉਹ ਟਿਕਟ ਆ ਮੇਰੇ ਨਾਂ 'ਤੇ ਆਇਆ ਮੈਂ ਜੇਲ੍ਹ 'ਚ ਆਮ ਜੇਲ੍ਹ 'ਚ ਬਾਇਕ ਨੇ ਮੈਂ ਕਾਗਜ਼ਾਂ ਤੋਂ ਆਪਣਾ ਫਿਲਅਪ ਕਰਕੇ ਮੈਂ ਆਪਣਾ ਇੰਦਰਾ ਕੀਤਾ ਪੁੱਟਅਪ ਕੀਤੇ ਅਤੇ ਲਿਆਦਾ ਜਿਹੜੇ ਵੇਲੇ ਟਿਕਟ ਦਾ ਟਾਈਮ ਆਇਆ ਟਿਕਟ ਇੱਕ ਗਲਤ ਆਦਮੀ ਦੇ ਹੱਥੇ ਚਲਾ ਗਿਆ ਜਿਹੜਾ ਇੱਥੋਂ ਦੀ ਮੁਕਾਮੀ ਕਿਆਦਤ ਆਈ ਉਹਨਾਂ ਨੇ ਅੱਗੋਂ ਕਈ ਬੇਗ ਦੇ ਦਿੱਤੀ ਕਿਆ ਇਹ ਚੀਜ਼ ਦੀ ਇਮਰਾਨ ਖਾਨ ਨੂੰ ਖਬਰ ਹੈ ਕਿ ਤੁਸੀਂ ਜੇਲ੍ਹ 'ਚ ਤੁਹਾਡੇ ਉੱਤੇ ਮੁਕੱਦਮੇ ਚੱਲਦੇ ਪੈਣ ਔਰ ਟਿਕਟ ਗਲਤ ਬੰਦੇ ਨੇ ਚਲੇ ਇਮਰਾਨ ਖਾਨ ਗਾਇਬ ਗਾਇਬ ਦੂਸਰਾ ਦਫਾ ਚੌਧਰੀ ਜਾਸ ਕਨ ਉਹਲੇ ਪੰਜਾਬ ਦਾ ਸਦਰ ਆਈ ਉਹ ਕਹਿੰਦੇ ਪੁੱਛਦਾ ਸੁਣਾ ਕਿ ਮੇਰੇ ਪਗੜੀ ਪੈਣ ਕੋਈ ਜਾਨ ਦਾ ਖਤਰਾ ਤਾਂ ਕੋਈ ਨਹੀਂ ਉਹ ਵੀ ਮੇਰੇ ਕੋਲ ਪੁੱਛਦਾ ਵੀ ਖਾਨ ਸਾਹਿਬ ਵੀ ਪੁੱਛਦੇ ਪੈਣ ਮੈਂ ਇੱਕ ਹਮੇਸ਼ਾ ਆ ਕਿ ਮੈਂ ਜਾਨ ਤਾਂ ਹੈ ਅੱਲਾ ਦੀ ਮੈਂ ਇੱਕਦੇ ਬੁੱਧ ਲਿਖ ਦਿਖਾਈ ਕਹਿ ਨਹੀਂ ਜਿੱਦਾਂ ਹੀ ਮੇਰੇ ਨਾਲ ਕਈ ਮੁਕਾਬਲਾ ਕੀਤੇ ਤਾਂ ਅੱਲਾ ਦੇ ਫਜ਼ਲ ਨਾਲ ਗਰੀਬ ਨਾਲ ਮੈਂ ਕਹਿ ਨਹੀਂ ਕੀਤਾ ਅਮੀਰ ਅਤੇ ਸਰਦਾਰ ਨਾਲ ਮੈਂ ਹਮੇਸ਼ਾ ਡਟ ਗਿਆ ਆਪਣੇ ਹੱਕ ਦੀ ਖਾਤਰ ਹੁਣ ਤੁਹਾਡਾ ਕਿਆ ਇਰਾਦਾ ਹੈ ਮਤਲਬ ਇਹ ਕਿ ਤੁਸੀਂ ਸਿਆਸੀ ਜਿਰਗਾ ਇੱਕ ਸੜੀ ਪਾ ਆਵੇ ਠੀਕ ਹੈ ਇਮਰਾਨ ਖਾਨ ਇਲੈਕਸ਼ਨ ਵੀ ਕਰੀਬ ਹਨ ਕਿਆ ਉਮੀਦ ਹੈ ਤੁਹਾਨੂੰ ਹੁਣ ਕਿਉਂ ਨਮੂਦਾਰ ਸੀ ਹੈ ਤੁਸੀਂ ਮੈਂ ਹਮੇਸ਼ਾ ਪਾਰਟੀ ਦੇ ਨਾਲ ਰਹਿ ਗਿਆ ਆਪਣੇ ਫੀਲਡ ਰਹਿੰਦਾ ਮੈਂ ਇਹ ਮੈਂ ਸੋਸ਼ਲ ਮੀਡੀਆ ਤੇ ਪਹਿਲੇ ਨਹੀਂ ਆਇਆ ਕਿ ਮੈਂ ਹੁਣ ਮੈਂ ਸਮਝਦਾ ਮਿਹਰਬਾਨੀ ਹੈ ਤੁਹਾਡੀ ਜਾਂ ਬਾਕੀ ਮੀਡੀਆ ਦੀ ਜਾਂ ਤੁਹਾਡੇ ਡਿਜੀਟਲ ਸਮਝੋ ਜਿਹੜਾ ਅੱਜ ਚੈਨਲ ਦੇ ਤਵਸੁਦ ਨਾਲ ਅਸਾਂ ਇਹ ਅੱਜ ਇੰਟਰਵਿਊ ਪੈ ਦਿੰਦੇ ਹਾਂ ਤੁਹਾਡੀ ਮਿਹਰਬਾਨੀ ਹੈ ਤੁਸੀਂ ਆਣ ਕੇ ਸਗੋਂ ਬਲਾ ਨਮੂਦਾਰ ਕੀਤੇ ਲੇਕਿਨ ਅਸਾਂ ਫੀਲਡ 'ਤੇ 24 ਘੰਟੇ ਮੈਂ ਉਵੇਂ ਹੈ ਪਏ ਤੁਹਾਡਾ ਨਜ਼ਰੀਆ ਕਿਆ ਹੁਣ ਨਜ਼ਰੀਆ ਕਿਆ ਪਹਿਲੇ ਕਿਆ ਦੇਖੋ ਜੀ ਮੇਰਾ ਨਜ਼ਰੀਆ ਇਹ ਆਈ ਕਿ ਗਰੀਬ ਨੂੰ ਇਨਸਾਫ ਮਿਲੇ ਗਰੀਬ ਨਾਲ ਨਾ ਇਨਸਾਫੀ ਨਾ ਥੀ ਮਹਿਕਮੇ ਜੋ ਕਰਪਸ਼ਨ ਖਤਮ ਥੀ ਵੇ ਮਹਿਕਮੇ ਚਟੀ ਦਲਾਲ ਨਾ ਹੋਵਣ ਅਤੇ ਜਿਹੜਾ ਬੰਦੇ ਦਾ ਜਿਹੜਾ ਕੰਮ ਹੋਵੇ ਕੋਈ ਸਿਫਾਰਸ਼ੀ ਜ਼ਰੂਰਤ ਨਾ ਹੋਵੇ ਉਹ ਆਪਣੇ ਮੰਨ ਕੇ ਨੇ ਕੰਮ ਕਰੇ ਲੇਕਿਨ ਬਦਕਿਸਮਤੀ ਦੇ ਨਾਲ 75 ਸਾਲ 'ਚ ਇਹ ਚੀਜ਼ ਚੱਲੀ ਕੋਈ ਨਹੀਂ ਅੱਛਾ ਸਾਡੀ ਇਤਲਾਤ ਦੇ ਮੁਤਾਬਿਕ ਤੁਸੀਂ ਨੇ ਪੈਸੇ ਵੀ ਮੰਗੇ ਗਾ ਟਿਕਟ ਵਾਸਤੇ ਵਾਕੀ ਗੱਲ ਸੱਚ ਦੇਖੋ ਜੀ ਉਹ ਹਾਂ ਮੈਂ ਸਮਝੋ ਨਜ਼ਰੀਆ ਪਰਲੇ ਵਿੱਚ ਇਹਨੇ ਪੈਣ ਤਾਂ ਮੈਂ ਖਰੀਦਾਰ ਨਾ ਬਣਿਓ ਟਿਕਟ ਨਜ਼ਰੀਆ ਹੀ ਸਮਝੋ ਟਿਕਟ ਜੋ ਹਾਂ ਨਜ਼ਰੀਆ ਟਿਕਟ ਨਜ਼ਰੀਆ ਮਤਲਬ ਉਹ ਤਾਂ ਹੁਣ ਇਹ ਮੀਡੀਆ ਦੇ ਗੱਲ ਹੀ ਨਹੀਂ ਪੁਰਾਣਿਆਂ ਨੇ ਦਫਨ ਠੀਕ ਹੈ ਮੈਂ ਸੰਗਨੇ ਪੈਸਾ ਹਾ ਪਿਆ ਸਾਰ ਚੀਜ਼ ਆਈ ਮਿਹਨਤ ਆਈ ਅਗਰ ਕਹੀਂ ਬੇਸ ਤੇ ਕੋਈ ਇਨਕੁਆਰੀ ਕਹੀਂ ਕੀਤੀ ਤਾਂ ਮੇਰੇ ਕੋਲ ਪ੍ਰੂਫ ਸਬੂਤ ਉਹਨੇ ਗੱਲ ਮਿਹਨ ਇਹ ਨਹੀਂ ਕਹ ਨਹੀਂ ਮੈਂ ਖਾਨ ਸਾਹਿਬ ਕਰੇ ਅਗਰ ਮੇਰੇ ਕੋਲ ਪੁੱਛਾ ਵਿਜ਼ਾਤ ਪੁੱਛੀ ਮੈਂ 2013 ਦਾ ਟਿਕਟ ਤੱਕ ਹੂੰ ਕਿਉਂ ਨਹੀਂ ਦਿੱਤਾ ਇਹਨੇ ਤਾਂ ਮੈਂ ਤਾਂ ਤੇਰੇ ਨਾਂ 'ਤੇ ਇਸ਼ੂ ਕੀਤਾ ਉਹ ਮੇਰੇ ਕੋਲ ਸਾਰੇ ਜਵਾਜ਼ ਹਨ ਪਏ ਔਰ ਜਿਹੜੇ ਜਿਹੜੇ ਬੰਦੇ ਮੇਰੇ ਨਾਲ ਉਹਲੇ ਉਹ ਗਾਲ ਗੁਫ਼ਤਗੂ ਕੀਤੀ ਉਹ ਸਾਰੇ ਲਫ਼ਜ਼ ਬਾ ਲਫ਼ਜ਼ ਮੇਰੇ ਉਹ ਜ਼ਿਹਨ 'ਤੇ ਅੱਜ ਵੀ ਉਹ PTI 'ਚ ਹਨ ਉਹ ਹੁਣ ਵੀ ਵੇਲੇ ਵਾਧੂ ਕੋ PTI ਦਾ ਸਦਰ ਬਣਾ ਦਿੱਤਾ ਗਿਆ ਇਮਰਾਨ ਖਾਨ ਦਾ PTI ਦਾ ਜਿਹੜਾ ਸਦਰ ਹੈ ਉਹ 2013 ਦੇ ਵਿੱਚ ਮਲਿਕ ਸਾਹਿਬ ਨੇ ਟਿਕਟ ਪੈਸੇ ਨਾਲ ਵੇਚਣ ਕੋਸ਼ਿਸ਼ ਕੀਤੀ ਹੈ ਔਰ ਮਲਿਕ ਸਾਹਿਬ ਆਖਿਆ ਕਿ ਮੈਂ ਨਜ਼ਰੀਏ ਦੇ ਉੱਤੇ ਚੱਲਣ ਵਾਲਾ ਇਮੀ ਨਜ਼ਰੀਆ ਗਿਣਣ ਵਾਲਾ ਨਹੀਂ ਨਾ ਮੈਂ ਖਰੀਦ ਕਰਨ ਵਾਲਾ ਨਜ਼ਰੀਆ ਨਾ ਮੈਂ ਵੇਚੇ ਨਾ ਖਰੀਦ ਕੀਤੇ ਔਰ ਇਹ ਜੋ ਸਦਰ ਹਨ ਨਾ ਮੈਂ ਉਹ ਗਰੀਬ ਦਾ ਬਾਲ ਹਾਂ ਇਹ ਤਾਂ ਅਲੱਗ ਗੱਲ ਹੈ ਲੇਕਿਨ ਮੈਂ ਆਪਣੇ ਨਜ਼ਰੀਏ 'ਤੇ ਉਹ ਅੱਜ ਵੀ ਕਾਇਮ ਦਾਇਮ ਹਾਂ ਅਤੇ ਇਨਸ਼ਾਅੱਲਾ ਮੈਂ ਕਿਤੇ ਖਾਨ ਦਾ ਨਜ਼ਰੀਏ ਕੋ ਨਾ ਵੇਚੇ ਸਾਂ ਨਾ ਵਿਕਣ ਡੇ ਸਾਂ ਅਗਰ ਕਿਤੇ ਵਿਕਦਾ ਪਿਆ ਸੀ ਤਾਂ ਓਪਨ ਵੀ ਜ਼ਰੂਰ ਕਰੇ ਸਾਂ ਪਹਿਲੇ ਓਪਨ ਕਿਵੇਂ ਕੀਤਾ ਪਹਿਲੇ ਓਪਨ ਕੀਤੇ ਲੇਕਿਨ ਮੀਡੀਆ 'ਤੇ ਮੈਂ ਕਿਉਂਕਿ ਮੀਡੀਆ ਮਯਸਰ ਨਾ ਅਸਾਂ ਆਪਣੇ ਤਬਸੁਦ ਨਾਲ ਜਿੱਦਾਂ ਦੋਸਤਾਂ ਦੀ ਮਹਿਫਿਲ ਹੈ ਅਲਫਾਜ਼ ਕਾਫੀ ਸਖਤ ਹਨ ਕਿ ਮੈਂ ਓਪਨ ਵੀ ਕਰੇ ਸਾਂ ਅਤੇ ਸਖਤ ਅਲਫਾਜ਼ ਆਦੇ ਪਿਓ ਤੇ ਤੁਹਾਡੀ ਸਪੀਚ ਵੀ ਮੈਂ ਸੁਣੀ ਬੜੀ ਜਾਨਦਾਰ ਸਪੀਚ ਕੀਤੇ ਹੋਏ ਔਰ ਉਹਦੇ 'ਚ ਥੋੜ੍ਹੇ ਮੈਂ ਅਲਫਾਜ਼ ਤੁਹਾਡੇ ਦੁਹਰਾਵਾਂ ਕਿ ਤੁਸੀਂ ਕਿਵੇਂ ਖਾਨ ਸਾਹਿਬ ਅਗਰ ਤੁਸੀਂ ਸਰਦਾਰਿਆਂ ਕੋਲ ਟਿਕਟ ਦਿੱਤੀ ਖਾਨ ਸਾਹਿਬ ਦੇਣਾ ਪਿਆ ਟਿਕਟ ਸਾਰੇ ਸਰਦਾਰਿਆਂ ਕਿਨੇ ਵੀ ਟਿਕਟ ਹੈ ਕਿ ਮੈਂ ਬਗਾਵਤ ਕਰੇ ਸਾਂ ਮੈਂ ਸੁਣੋ ਮੈਂ ਬਗਾਵਤ ਕਰੇ ਸਾਂ ਮੈਂ ਇਲੈਕਸ਼ਨ ਲੜ ਸਾਂ ਮੈਂ ਨਾ ਜਿੱਤ ਸਾਂ ਅਤੇ ਤੁਹਾਨੂੰ ਨੁਕਸਾਨ ਪਹੁੰਚੇ ਸਾਂ ਮੈਂ ਨੁਕਸਾਨ ਦੀ ਗੱਲ ਨਹੀਂ ਕੀਤੀ ਨਹੀਂ ਸਰ ਤੁਹਾਨੂੰ ਵੀ ਤੁਸੀਂ ਇਹ ਕਿ ਸੁਣੋ ਗੱਲ ਸਮਝੋ ਨਾ ਮੈਂ ਉਹਨੇ ਕੋ ਆਖੇ ਅਗਰ PP 290 ਦੇ ਕੋਈ ਸਰਦਾਰ ਆਇਆ ਤਾਂ ਮੈਂ ਉੱਥਾਂ ਖੜ੍ਹ ਕੇ ਮੁਕਾਬਲਾ ਕਰੇ ਸਾਂ ਔਰ ਮੈਂ ਕੋਈ ਯਕੀਨ ਹੈ ਕਿ ਖਾਨ ਸਾਹਿਬ ਇਸ ਦਫਾ ਮੈਂ ਕੋਈ ਰਿਜੈਕਟ ਨਹੀਂ ਕਰਦਾ ਮੈਂ ਹੂੰ ਪਾਵਰ ਨਾਲ ਗੱਲ ਕਰਨਾ ਪਿਆ ਖਾਨ ਸਾਹਿਬ ਤੇ ਇਹ ਵੀ ਗੱਲ ਕੀਤੀ ਹੈ ਕਿ ਮੈਂ ਅਗਰ ਟਿਕਟਾਂ ਦੇਣਾ ਪਿਆ ਮੈਂ ਆਪ ਇੰਟਰਵਿਊ
ਕਰਨਾ ਪਿਆ ਕਿ ਅਗਰ ਕਈ ਕੈਂਡੀਡੇਟ ਕੋ ਕਈ ਮੇਰੇ ਪਾਰਟੀ ਦੇ ਬੰਦੇ ਕੋ ਕਈ ਮੇਰੇ ਨਜ਼ਰੀਆ ਦੇ ਮੰਨਣ ਵਾਲੇ ਕੋ ਅਗਰ ਮੈਂ ਟਿਕਟ ਨਹੀਂ ਦਿੰਦਾ ਤਾਂ ਉਹ ਸਾਰੇ ਬਹਿ ਵੈਸਨ ਦੂਜੇ ਕੋ ਸਪੋਰਟ ਕਰੇ ਸਨ ਔਰ ਉਹਦੇ ਬਾਅਦ ਬਲਤਿਆਤੀ ਮੈਂ ਇੰਤਖਾਬਾਤ ਕਰਵੇ ਸਾਂ ਜਾਂ ਕੋਈ ਵੀ ਚੀਜ਼ ਕਿਸਮ ਉਹਨੇ ਕੋ ਅਹੁਦੇ ਦੇ ਸਾਂ ਉਹਦੇ ਬਾਵਜੂਦ ਵੀ ਤੁਸੀਂ ਅਗਰ ਤੁਹਾਨੂੰ ਟਿਕਟ ਨਹੀਂ ਮਿਲਦੀ ਤਾਂ ਇਲੈਕਸ਼ਨ ਲੜ ਸੋ ਮੈਂ ਇਨਸ਼ਾਅੱਲਾ ਤਾਂ ਕੋਈ ਦੱਸ ਦਿੱਤੇ ਕਿ ਮੈਂ ਕੋ 100% ਕਨਫਰਮ ਹੈ ਕਿ ਬੱਲਾ ਮੈਂ ਕੋ ਮਿਲਣ ਵਾਲਾ ਹੈ ਮੈਂ ਹੂੰ ਬੇਸ ਤੇ ਆ ਕੇ ਔਰ ਬੱਲੇ ਦੇ ਨਿਸ਼ਾਨ ਤੇ ਮੈਂ ਇਹ ਦਫਾ ਇਲੈਕਸ਼ਨ ਲੜਨੇ ਖਾਨ ਸਾਹਿਬ ਐਮ ਪੀ ਦੀ ਸੀਟ ਪੀਪੀ 290 ਦੀ ਅਗਰ ਮਲਿਕ ਮੁਹੰਮਦ ਰਮਜ਼ਾਨ ਜਾੜ ਕੋ ਟਿਕਟ ਨਾ ਮਿਲੀ ਉਹ ਪੀ ਟੀ ਆਈ ਜਾਂ ਆਜ਼ਾਦ ਇਲੈਕਸ਼ਨ ਲੜ ਸੋ ਆਜ਼ਾਦ ਇਲੈਕਸ਼ਨ ਲੜ ਸਨ ਬੱਲੇ ਤੇ ਮੈਂ ਲੜ ਸਕਦਾ ਉਹਨੇ ਕੋ ਉਮੀਦ ਕਾਫੀ ਕਿ ਤੁਸਾਂ ਕਹਿੰਦੇ ਟਿਕਟ ਉਹ ਗਿਨਸਨ ਤੁਸਾਂ ਦੇ ਸੋਨੇ ਕੋ ਬੱਲੇ ਦੇ ਨਿਸ਼ਾਨ ਤੇ ਲੜ ਸਾਂ ਔਰ ਇਮਰਾਨ ਖਾਨ ਹੈ ਮੈਂ ਕੋ ਇਸ ਦਫਾ ਦੇਵਣੇ ਔਰ ਇਨਸ਼ਾਅੱਲਾ ਕੋ ਪਤਾ ਹੈ ਮੇਰਾ ਬੁਨਿਆਦੀ ਨਜ਼ਰੀਆਤੀ ਵਰਕਰ ਇਹੋ ਹੀ ਹੈ ਕਿਉਂਕਿ 2015 ਦੇ ਵਿੱਚ ਜਦੋਂ ਇਮਰਾਨ ਖਾਨ ਦਾ ਜਲਸਾ ਸੀ ਵਿੱਚ ਡੇਰਾ ਗਾਜ਼ੀ ਖਾਨ ਆਪਣਾ ਡੇਰਾ ਗਾਜ਼ੀ ਖਾਨ ਏਅਰਪੋਰਟ ਦੇ ਉੱਤੇ ਜਦੋਂ ਮੌਜੂਦਾ ਸੀ ਦਰਤਾਜ ਗੋਲ ਮੇਰਾ ਤਾਰਫ ਕਰਵਾਉਣ ਲੱਗੀ ਕਿ ਤੁਹਾਡਾ ਉਹ ਪਹਿਲਾ ਕਿ ਇਸ ਕਾ ਆਪ ਨਾਮ ਮੈਨੂੰ ਤਾਰਫ ਕਰਾਣੇ ਦੀ ਜ਼ਰੂਰਤ ਨਹੀਂ ਹੈ ਇਹ ਮੇਰਾ ਮੁਸ਼ਕਿਲ ਵਕਤ ਦਾ ਸਾਥੀ ਹੈ ਮੈਂ ਇਸੇ ਕਦੇ ਵੀ ਨਹੀਂ ਭੁੱਲ ਸਕਦਾ ਹਾਂ ਹਮਾਰੀ ਬਾਤ ਕਿਸਮ ਦੀ ਕਿ ਹਮ ਪਹਿਲੇ ਖਾਨ ਸਾਹਿਬ ਕੋ ਟਿਕਟ ਕੇ ਦੌਰਾਨ ਜਾਂ ਮਕਸਦ ਇਲੈਕਸ਼ਨ ਕੇ ਦੌਰਾਨ ਨਹੀਂ ਮਿਲ ਸਕੇ ਇਹ ਹਮਾਰੀ ਕਮਜ਼ੋਰੀ ਸਮਝੋ ਅੱਛਾ ਖਾਨ ਸਾਹਿਬ ਨਾਲ ਤੁਹਾਡੀ ਮੁਲਾਕਾਤ ਵੀ ਥਈ ਹੈ ਥੋੜ੍ਹੀ ਜਿਹੀ ਗੱਲ ਹੀ ਦੱਸੋ ਕਿਆ ਮੁਲਾਕਾਤ ਥੀ ਇਹ ਕਿੰਝੀ ਗੱਲ ਥਈ ਮੁਲਾਕਾਤ ਤੁਹਾਨੂੰ ਪਤਾ ਹੈ ਨਾ ਖਾਨ ਬਹੁਤ ਹੀ ਆਲਾ ਪਾਇਦਾ ਵਰਗੇ ਆਲਮੀ ਇੱਕ ਲੀਡਰ ਹੈ ਖਾਨ ਸਾਹਿਬ ਦੇ ਕਿਉਂਕਿ ਨਜ਼ਰੀਆਤੀ ਬੰਦਾ ਜਿਹੜਾ ਨਾ ਉਹ ਗੱਲ ਨਹੀਂ ਕੋ ਸਮਝ ਕਹਿੰਦੇ ਖਾਨ ਸਾਹਿਬ 24 ਘੰਟੇ ਮੇਰੇ ਕੋਲ ਇੱਥੇ ਰਹਿ ਗਏ 2010 ਦੇ ਵਿੱਚ 24 ਘੰਟੇ ਦੇ ਬਾਅਦ ਹੀ ਗਏ ਉਹ ਮੈਂ ਕੋਈ ਜਾਣਦਾ ਮੈਂ ਉਹਨੇ ਕੋਈ ਜਾਣਦਾ ਨਾ ਇਮਰਾਨ ਖਾਨ ਮੈਂ ਕੋਈ ਛੋੜ ਸਕਦਾ ਅਤੇ ਨਾ ਮੈਂ ਇਮਰਾਨ ਖਾਨ ਕੋਈ ਛੋੜ ਸਕਦਾ ਲੇਕਿਨ ਉਹ ਖਾਨ ਸਾਹਿਬ ਜੋ ਤਾਂ ਇਹ ਮੁਸ਼ਕਿਲ ਵਕਤ ਹੈ ਸਭ ਤੋਂ ਪਹਿਲਾਂ ਕੁਰਬਾਨੀ ਦਾ ਸਾਡੇ ਸੋ ਇਹ ਵੀ ਡੀ ਜੀ ਖਾਨ ਵਿੱਚ ਯਾਦ ਰੱਖਾ ਹੈ ਅੱਛਾ ਸਾਹਿਬ ਕੁਛ ਗੱਲ ਹੀ ਤਾਂ ਦੱਸੋ ਇਮਰਾਨ ਖਾਨ ਨਾਲ ਮੁਲਾਕਾਤ ਕਰ ਰਹੇ ਹੋ ਕੁਛ ਥੋੜ੍ਹੇ ਜਿਹੀ ਦੇਖੋ ਜੀ ਖਾਨ ਸਾਹਿਬ ਦਾ ਇੱਕੋ ਹੀ ਵਿਜ਼ਨ ਹੈ ਜੋ ਮੈਂ ਕਰਪਸ਼ਨ ਦੇ ਖਿਲਾਫ ਹਾਂ ਮੈਂ ਇਹਨਾਂ ਚੋਰਾਂ ਦੇ ਖਿਲਾਫ ਹਾਂ ਮੈਂ ਆਪਣੀ ਜ਼ਾਤ ਦਾ ਮੁਕੱਦਮਾਤ ਦਾ ਤਾਂ ਜਿਹੜਾ ਨਾ ਉਹ ਕਈ ਮਾਫ਼ੀ ਦੇ ਸਕਦਾ ਲੇਕਿਨ ਜਿਹੜੇ ਕੌਮੀ ਚੋਰ ਹਨ ਜਾਂ ਪਾਕਿਸਤਾਨ ਦੇ ਚੋਰ ਹਨ ਜਾਂ ਆਵਾਮ ਦੇ ਚੋਰ ਹਨ ਮੈਂ ਉਹਨਾਂ ਕੋ ਮਾਫ਼ ਨਹੀਂ ਕਰ ਸਕਦਾ ਮੈਂ ਹੀ ਨਜ਼ਰੀਏ 'ਤੇ ਡਟਿਆ ਖੜਾਂ ਅਤੇ ਤੁਸਾਂ ਮੇਰਾ ਸਾਥ ਦੇਣੇ ਅਸਾਂ ਇਨਸ਼ਾਅੱਲਾ ਉਹਦਾ ਸਾਥ ਦੇਣਾ ਹੀ ਦੇਣੇ ਆਵਾਮ ਬਲਕਿ ਮੈਂ ਖੁਦ ਮੈਂ ਆਪ ਬਿਠੇ ਕਿ ਜਿਹੜੇ ਕੈਂਡੀਡੇਟ ਹੁੰਦੇ ਹਨ ਜਿਹੜੇ ਇਲੈਕਸ਼ਨ ਲੜਦੇ ਹਨ ਬੜੇ ਠਾਟ ਪਾਟ ਵਾਲੇ ਸਰਦਾਰ ਠੀਕ ਹੈ ਨਾ ਮੈਂ ਦੇਦਾ ਪਿਆ ਤੁਸੀਂ ਸਾਦਗੀ ਤੁਸੀਂ ਹੁਣ ਪ੍ਰੋਗਰਾਮ ਕੀਤੇ ਲੋਕਾਂ ਕੋ ਮਤਲਬ ਚਾਵਲ ਦਿੰਦੇ ਵਧਿਆ ਵੇ ਕੋਈ ਨਲਕਾ ਖੁਦ ਗਿਣੇ ਦੇ ਵਧਿਆ ਵੇ ਕਿਆ ਵਜ੍ਹਾ ਦੇਖੋ ਜੀ ਇਹ ਜਿਹੜਾ ਹੈ ਨਾ ਪ੍ਰੋਟੋਕੋਲ ਕਿਉਂਕਿ ਮੈਂ ਸੰਨ 77 ਕਨੇ ਰੱਖ ਤਾਂ 2000 ਸਾਊਦੀ ਅਰਬ ਰਿਹਾ ਮੈਂ ਇੱਕ ਆਪ ਇੱਕ ਵਰਕਰ ਕਿਸਮ ਦਾ ਬੰਦਾ ਹਾਂ ਅਤੇ ਅੱਲਾ ਨੇ ਫਜ਼ਲ ਕੀਤੇ ਅਤੇ ਜਦੋਂ ਮੈਂ 76 ਦੇ ਵਿੱਚ ਮੈਟ੍ਰਿਕ ਛੋੜ ਕਨੇ ਅਤੇ 77 ਸਾਊਦੀ ਅਰਬ ਗਿਆ ਮੇਰੇ ਕੋਲ ਸਾਈਕਲ ਕਹਿਣਾ ਮਯਸਰ ਕਹਿਣਾ ਇਹ ਤਾਂ ਮੇਰੇ ਅੱਲਾ ਦਾ ਕਰਾਂ ਮੈਂ ਜੋ ਮਿਹਨਤ ਨਾਲ ਦਗੋ ਦਹੋ ਨਾਲ ਅਤੇ ਮੈਂ ਸਮਝਦਾ ਹਰ ਬੰਦਾ ਮੇਰੇ ਕੋਲੋਂ ਅੱਛਾ ਹੈ ਔਰ ਅਗਰ ਮੈਂ ਕਹੀਂ ਦੋਸਤ ਦੀ ਖਿਦਮਤ ਕਰਦਾ ਤਾਂ ਮੁਹੱਬਤ ਨਾ ਕਰਨਾ ਪਿਆਉਂਦਾ ਨਾ ਕਹੀਂ ਕਿ ਤਾਂ ਮੈਂ ਲਾਲਚ ਹੈ ਠੀਕ ਹੈ ਇਲੈਕਸ਼ਨ ਦੀ ਫਰਜ਼ ਕਰੋ ਟਿਕਟ ਤੁਹਾਨੂੰ ਮਿਲ ਗਈ ਹੈ ਪੀ ਪੀ 290 ਦੀ ਐਮ ਪੀ ਬੜ ਗਿਓ ਅਤੇ ਕਿਆ ਮਨਸ਼ੂਰ ਰੱਖ ਦਿਓ ਕਿਆ ਸੋਚ ਰੱਖ ਦਿਓ ਇਲਾਕੇ ਵਾਸਤੇ ਪਾਕਿਸਤਾਨ ਵਾਸਤੇ ਇਮਰਾਨ ਖਾਨ ਵਾਸਤੇ ਦੇਖੋ ਜੀ ਜਿਹੜਾ ਹੁੰਦਾ ਮਨਸੂਰ ਦਾ ਸਾਥੀ ਮਨਸੂਰ ਦਾ ਸਾਥੀ ਹਮੇਸ਼ਾ ਉਹ ਮਰਦੇ ਮੁਜਾਹਿਦ ਹੁੰਦੇ ਜਿਹੜਾ ਆਪਣੀ ਜਾਨ ਤਾਂ ਦੇ ਦਿੰਦੇ ਨਾ ਉਹ ਮਾਲ ਗਨੀਮਤ 'ਤੇ ਭਿੜਦੇ ਨਾ ਕਈ ਜ਼ਾਤੀ ਲਾਲਚ 'ਤੇ ਭਿੜਦੇ ਨਾ ਉਹ ਤਨਖਾਹ ਨਾਲ ਜਹਾਦ ਭਿੜਦੇ ਉਹ ਆਪਣੇ ਤਨ ਮਨ ਆਪਣਾ ਪੇਟ ਕੱਟ ਕੇ ਉਹਨਾਂ ਨਾਲ ਲੜਦਾ ਰਹਿੰਦੇ ਔਰ ਮੇਰਾ ਮਨਸੂਰ ਹੈ ਕਿ ਇਨਸ਼ਾਅੱਲਾ ਮੈਂ ਗਰੀਬ ਕੋ ਆਨਰ ਦਿਵੇ ਸਾਂ ਤਮਾਮ ਮਹਿਕਮਿਆਂ ਦੇ ਵਿੱਚੋਂ ਜਾਇਜ਼ ਕੰਮ ਉਹਨਾਂ ਦੇ ਬਗੈਰ ਕਹੀਂ ਜਿਵੇਂ ਸਮਝੋ ਸਫਾਰਿਸ਼ ਦੇ ਬਗੈਰ ਕਹੀਂ ਰਿਸ਼ਵਤ ਦੇ ਉਹ ਕੰਮ ਥੀ ਸਨ ਅੱਲਾ ਦੇ ਹੁਕਮ ਨਾਲ ਮੈਂ ਕੋ ਪਹਿਲੇ ਮੇਰਾ ਇੱਕ ਬਿਰਾ ਰਹਿ ਗਏ ਨਾਜ਼ਮ ਮੈਂ ਆਪ ਕਰੇ ਨਹੀਂ ਉਹ ਜੋ ਕੀਤਾ ਨਾਜ਼ਮ ਨੇ ਰਿਹਾ ਅਤੇ ਇਨਸ਼ਾਅੱਲਾ ਅਤੇ ਮੈਂ ਇਹਨਾਂ ਕੋ ਕਰਕੇ ਦਿਖੇ ਸਾਂ ਕਿ ਨਜ਼ਰੀਆਤੀ ਬੰਦਾ ਕਿਆ ਹੁੰਦੇ ਔਰ ਆਵਾਮ ਕੋ ਮੈਂ ਲੋਕਾਂ ਕੋ ਇੱਜ਼ਤ ਦੀ ਗਰਾਂਟ ਉਹ ਦੇ ਸਾਂ ਜਿਹੜੇ ਯਾਦ ਰੱਖ ਸਾਂ ਸਿਆਸੀ ਜਿਰਗਾ ਦਿੱਤੇ ਲੋਕ ਤੁਸਾਂ ਜਾਂ ਛੋਟੀ ਬਾਲਕ ਨੇ ਸਰਵਾਈ ਪਾਵੇ ਜਾਂ ਫੋਰਟ ਮੰਡੂ ਕੇ ਸਰਵਾਈ ਪਾਵੇ ਆਪਣੇ ਇਲਾਕਾਈ ਡੀ ਜੀ ਖਾਨ ਛੋਟੀ ਜ਼ਹਿਰੀਨ ਕੋਟ ਛੁੱਟਾ ਨਾਲ ਕਿਉਂ ਸੱਜਿਆ ਇਹ ਹੈ ਕਿ ਜਿਹੜੀ ਪਿਛਲੀ ਰੈਲੀ ਆਈ ਉਹਦੇ ਵਿੱਚ ਤਮਾਮ ਇਹ ਦੋਸਤ ਹਨ ਪਏ ਮਕਾਮੀ ਮੈਦਾਨੀ ਇਲਾਕੇ ਦੇ ਤਮਾਮ ਯੂਨੀਅਨ ਕੌਂਸਲਾਂ ਦੇ ਰੈਲੀ ਵੀ ਤੁਸੀਂ ਡਿੱਠੀ ਹੋ ਸੀ ਟੀ ਵੀ 'ਤੇ ਡਿੱਠੀ ਹੋ ਸੀ ਵੈਸੇ ਜਾ ਡਿੱਠੀ ਹੋ ਸੀ ਬਹੁ ਇਹਦੀ ਮਖਲੂਕ ਆਈ ਜੋ ਮੇਰੇ ਖਿਆਲ ਡੀ ਜੀ ਖਾਨ ਦੀ ਪਹਿਲੇ ਥਾਂ ਕੋਈ ਇਹਦੀ ਰੈਲੀ ਨਹੀਂ ਥੀ ਇਹ ਮੈਂ ਕੋ ਬਾਜ਼ ਔਕਾਤ ਯਾਦ ਆ ਵੀ ਉਹ ਜਿਹੜਾ ਨਾ ਤੁਸਾਂ ਫੋਰਟ ਮੰਡੂ ਰੁੰਘਣ ਸਖੀ
सरवर ते फिर अपना छोटी बाला उतना शायद तुरा असर रसूख का नहीं। मैं उतो दे विजिट की दिन उतना के कंप्लेन की थी, उन्हें को मान के मिल जा, उन्हें मैं को इवें इज्जत आना दी थी जिमें मैं उन्हें दा या तो कोई छोटा बड़ा भिरा हम या उन्हें वास्ते मैं कोई पीर आ गया हुआ। कम अज़ कम मैं समझता पे हम दस्तार वाले हैं तो मेरी दस्तार दी इज्जत करें पे हैं। मैं अज सिर्फ उन्हें कोई दिखावना कि चार यूनियन कौंसल के लोग ए आई बैठे ने। हाँ उनके चंद दोस्त हैं जो मेरे रोज़मर्रा के होते हैं बुढ़ा भी हो सन शामिल न तो वरना उन्हें चार यूनियन कौंसल के आदमी हैं। छोटी बाला है तो खिलाफ नारेबाजी की थी गई ना सर। छोटी बाला देखो ना वो है पता क्या वो जेड़ा पहले उतो का एम पी ए खड़े उनका एक जाति मुलाजिम है जल्द लेशा उसी इतला दी उसी भी आया वे रमजान से तबरक उदा करते तो लोग प्रोटोकॉल पर देते हैं वो अपना शो शा कराने की खातर जिम्मे होंगे ना ऊँ दू चार कुछ सिखा लिया जरूर है। लेकिन जल्द मेरी गाड़ी गुजर गई उन्हें पिछु जब मेरे सामने आन कने नारेबाजी करें नारेबाजी क्या कहे हर कहीं का हक है एक आदमी है तो दू छोटे बाल हैं उन्होंने उसे मैं अपने घर दे हम ये दसो कि टिकट अपने जोर से गिनसो अपने ताल्लुक नाल गिनसो अपने या कि सिफारिश नाल टिकट इंशाल्लाह मैं समझदा कि अल्लाह पाक ने जो कहीं कम गिनना होंगे ना उनको आगाही पहले दे दें दे। खान साहब की मुलाकात खान साहब से मैं 100% मुतफिक हाँ कि मैं को रिजेक्ट करना कह नहीं ये पहली मरीज ना लेके जो हन असबाब जरा मैं उन्हें को ना मिल सकता प्याम जा मुलाकात ना थी उस दौरान हूँ ये है कि एन ए जड़ा ही हो सी जिम्मे मोहतरमा सरताज गोल है उनकी आशीर्वाद जरूरी है कि वह भी आखसी हाँ मेरे को बैंक से यह जरूरत है तो नाल है जो अमन अब्बास बप्पी है सारे जनूबी पंजाब का सदर उसकी भी आशीर्वाद जरूरी होनी है आज का सिर्फ मैं को ये आख्या जो भी तेरा उसे कोई असर रसूख का नहीं आज मैं इन्हें को दिखावना चाहता हूँ कि मेरा असर रसूख हर जाते है। क्या बात है अहमद अली दृशक किड़े वैसे अहमद अली दृशक देखो जी रजीम चेंज का हिस्सा बन चुका है बढ़ चुका है रिजीम चेंज बढ़ चुका है वो तो हर कोई को पता है तो अब मेरे को ज्यादा बेहतर तुसा समझ दो वो जरे ऐसा तुसा के नहीं सुनना चाहते हैं जरे तरीके तक वो वापस भल्या लेकिन अगर कोई किताबा खोल जाए तो वही पता लग वैसे करप्शन किता किता था ये तो किवे थे ये वही सामने आवे सन अगर सा क्लियर हो हर जाक ने अल्लाह देखो मैं क्या मैं कोई डर नहीं मैं खान साहब के नाल खड़ा तो मैं समझदा खान साहब मैं कोई दफा रिजेक्ट करना कह नहीं कि मैं उदा पगड़ी मैं अगर असम्बली हो सा तो वह शख्स हो सा। चलो जी पीपी 290 दोते इमरान खान दा पगड़ी मैन जरा 2010 इमरान खान दा पहला जलसा डाट पुल ते मेरे ख्याल ते डाट पुल ते किता ने और सियासी मैदान अज कि एंट्री मारी ने देते दे हैं कि अगू क्या थी इमरान खान को पगड़ी मैन याद है या कहना या वसेब दी आवाम पगड़ी मैन दे नाल थींदी है और दे दे हैं इलेक्शन दे डिमांड हैं कितना वर्करी करें दन ते बाकी तुसा सब कमेंट है दसा है कि इमरान खान मलिक मोहम्मद रमजान जाड़ को टिकट देवन या अहमद अली खान दृशक को टिकट देवन उन्होंने ये पूछो कै को देनी चाहिए बिल्कुल ए सब को जरूर दे सो कि अहमद अली खान दृशक को टिकट देनी चाहिए या मलिक मोहम्मद रमजान जाड़ को देनी चाहिए तुहाडे वास्ते केड़ा बेहतर है क्योंकि असा ही मुंतखब करने लोगों को सारे ही काम करें दन और तुसा कमेंट जरूर है सामने इमरान खान दे मंशूर को मैं ये आखसा कि तमाम दोस्तों को तुहाडे चैनल दे तवसो दे नाल ये जरूर अपने कमेंट करन कि इमरान खान दे मंशूर को कौन बंदा फॉलो रख सकदे क्या दूजा फरीक जा मैं सही मैं वैसे मैं को सादगी तो बड़ी पसंद आई है बड़ी मेहरबानी सादगी तो एक जेवर है ना सादगी तो इवें समझो दीन का हिस्सा है सादगी है जड़ा ना खर्चा घट है सादगी है जड़ा ना परेशानियां कोई पराडो वाला भी है भी सर पराडो सर भी गल है पराडो पराडो का मकसद क्या है पराडो का मकसद यह है कि सारा इलाका एरिया जेड़े लोग वे वे गाड़ियों में चढ़ के आते हैं गरीब लोग वो खौफ खाते हैं जब ये वे लोग हैं मैं तो चार बीघे जमीन दे बेच के अपनी पराडो की देखना मैं को करप्शन करके गिराने की सर इंटरव्यू को खत्म करने सर आखिरी मतलब मैं तुसा कने कोई इमरान खान ना मुलाकात की थी वे एक दू गाल सर नाल शेयर करो सर जी जनरल गाल आई वो तो यह आई बे रमजान की दफा इलेक्शन तो हिम्मत करो इलेक्शन लड़ ले मतलब ग्रीन सिग्नल मिल गए ग्रीन सिग्नल तो मुराद यह है कि बल्ले का निशान चाह के तो मेरे हाथ तक कहने बिगड़ा दिता जो हाँ बल्ला ही तो लड़ो अगर आखिर ने तैयारी करो मतलब तैयारी का मकसद तो आप समझ दो क्या होंगे सारे मुताबिक ग्रीन सिग्नल मिल गया पीपी 290 होते तो इंशाल्लाह उम्मीद करें तो मैं ये आखना चाहता
कई दफा दोस्त मैं बल्ले दे निशान ते लड़सा, दोस्त मैं को भरपूर सपोर्ट करे सन और 90% मैं वोट गिनसा, बाकी सारे कने इवें समझो जिमें जामपुर का रिजल्ट आए मेरा रिजल्ट इवें हो सी और मैं अपने दोस्तों वास्ते मिसाली MP बनसा कि आवन वाले वेले अगर मैं ना भी हो सा तो डिमांड करे सन कम अज़ कम इो जहाँ MPA वत कोई आना चाहिए। क्या बात है, मेरे को उम्मीद है कि जेरे वेले पंजाब असेंबली है चले मलिक मोहम्मद रमजान जड़ वे सन धूमधार तकरीर करे सन और अपना हक गिन सन। अपने होस्ट अदनान अंजुम को इजाज़त दो, अल्लाह हाफिज़।